ਨਾ ਤੋਂ ਡਰਦੇ ਨਹੀਂ ਆ ਅਸੀਂ ਉੱਥੇ ਹੀ ਅੜੇ ਰਹਾਂਗੇ ਜਿੱਥੇ ਅਸੀਂ ਹੈਗੇ ਆ ਕੋਸ ਜਨਵਰੀ ਤੋਂ ਇਹ ਅਤਰਨੇ ਚਾਹੀਗੇ ਆ ਪਹਿਲਾਂ ਮੈਂ ਸਿੰਘੂ ਬਾਰਡਰ ਸੀ ਹੁਣ ਮੈਂ ਟਿਕਰੀ ਬਾਰਡਰ ਆ ਗਏ ਠੀਕ ਹੈ ਜੀ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਰੂਪਰੇਖਾ ਚੱਲ ਰਹੀ ਆ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੋ ਰਹੇ ਨੇ ਤੁਸੀਂ ਨਾਲੋਂ ਉਹਨਾਂ ਦੇ ਪਰ ਸਰਕਾਰ ਚੁੱਪਚਾਪਾਂ ਸ਼ਾਂਤ ਆ ਕਿਵੇਂ ਲੱਗਦਾ ਤੁਹਾਡਾ ਅਨੁਮਾਨ ਕੀ ਆ ਵੀ ਸਰਕਾਰ ਕੀ ਸੋਚ ਰਹੀ ਆ ਜਦੋਂ ਇਹ ਪ੍ਰੋਟੈਸਟ ਸਟਾਰਟ ਹੋਇਆ ਸੀ ਉਦੋਂ ਸਰਕਾਰ ਬਹੁਤ ਕੁਝ ਬੋਲ ਰਹੀ ਸੀ ਸਰਕਾਰ ਹੁਣ ਵੀ ਚੁੱਪ ਕਰਕੇ ਨਹੀਂ ਬੈਠੀ ਸਰਕਾਰ ਫੇਰ ਵੀ ਕਿਸਾਨਾਂ ਵਾਰੇ ਟਾਈਮ ਟੂ ਟਾਈਮ ਕੁਝ ਨਾ ਕੁਝ ਬੋਲਦੀ ਜਾ ਰਹੀ ਹੈ ਤੇ ਪਹਿਲਾਂ ਉਹਨਾਂ ਨੇ ਬਹੁਤ ਕੁਝ ਕਿਸਾਨਾਂ ਨੂੰ ਕਿਹਾ ਉਹਨਾਂ ਨੂੰ ਲੱਗਿਆ ਕਿ ਕਿਸਾਨ ਡਰ ਜਾਣਗੇ ਜਾਂ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ ਜਦ ਉਹਨਾਂ ਨੇ ਦੇਖਿਆ ਕਿ ਕਿਸਾਨ ਹੁਣ ਬਾਰਡਰਸ ਤੇ ਵੀ ਆ ਗਏ ਤੇ ਉਦੋਂ ਉਹਨਾਂ ਨੇ ਹੋਰ ਜ਼ਿਆਦਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਸਟਾਰਟ ਕੀਤਾ ਉਹਨਾਂ ਨੂੰ ਗਲਤ ਬਿਆਨਬਾਜ਼ੀਆਂ ਕੀਤੀ ਗਲਤ ਬਹੁਤ ਕੁਝ ਗਲਤ ਕਿਹਾ ਉਹਨਾਂ ਨੇ ਕਿਸਾਨਾਂ ਨੂੰ ਤੇ ਜਦ ਉਹਨਾਂ ਨੇ ਦੇਖਿਆ ਕਿ ਕਿਸਾਨ ਆਪਣੀ ਜਗ੍ਹਾ ਤੋਂ 1 ਇੰਚ ਵੀ ਸਾਈਡ ਤੇ ਨਹੀਂ ਹਟਣਗੇ ਹਟਣਗੇ ਉਦੋਂ ਉਹਨਾਂ ਨੂੰ ਲੱਗਿਆ ਉਦੋਂ ਉਹਨਾਂ ਤੇ ਜਿਹੜਾ ਦਬਾਅ ਬਣਾਇਆ ਗਿਆ ਉਹ ਕਿਸਾਨਾਂ ਨੇ ਦਬਾਅ ਬਣਾਇਆ ਕਿਸਾਨਾਂ ਨੇ ਇਹ ਦੱਸਿਆ ਕਿ ਅਸੀਂ ਉਹਨਾਂ ਤੋਂ ਡਰਦੇ ਨਹੀਂ ਹਾਂ ਅਸੀਂ ਉੱਥੇ ਹੀ ਅੜੇ ਰਹਾਂਗੇ ਜਿੱਥੇ ਅਸੀਂ ਹੈਗੇ ਹਾਂ ਨਹੀਂ ਤੁਹਾਨੂੰ ਕੀ ਲੱਗਦਾ ਕਿਸਾਨ ਕੀ ਸੋਚ ਰਹੀ ਹੈ ਕਿਹੜਾ ਰਸਤਾ ਸੌਰੀ ਸਰਕਾਰ ਸਰਕਾਰ ਕੀ ਸੋਚ ਰਹੀ ਹੈ ਕਿਹੜਾ ਰਸਤਾ ਲੱਭਣ ਦੀ ਤਿਆਰੀ ਚਾਹੇ ਸਰਕਾਰ ਸਰਕਾਰ ਪਹਿਲਾਂ ਤਾਂ ਇਹ ਸੋਚ ਰਹੀ ਸੀ ਕਿ ਕਿਸਾਨ ਉਹਨਾਂ ਨੂੰ ਪਹਿਲਾਂ ਪਹਿਲੀ ਗੱਲ ਹੈ ਕਿ ਸਰਕਾਰ ਨੂੰ ਨਹੀਂ ਪਤਾ ਸੀ ਕਿ ਕਿਸਾਨਾਂ ਦੀ ਇੰਨੀ ਵੱਡੀ ਲਹਿਰ ਉੱਠੇਗੀ ਸਰਕਾਰਾਂ ਨੂੰ ਲੱਗਿਆ ਜਿਵੇਂ ਪਹਿਲਾਂ ਉਹ ਲਾਜ਼ ਜਿਵੇਂ ਲੈ ਕੇ ਆਉਂਦੇ ਆ ਆਪਣੇ ਦੇਸ਼ 'ਚ ਉਸ ਹਿਸਾਬ ਨਾਲ ਹੀ ਕਿਸਾਨ ਜਿਹੜੇ ਖੇਤੀ ਕਾਨੂੰਨ ਹੈਗੇ ਆ ਉਹ ਵੀ ਉਹ ਲੈ ਆਣਗੇ ਤੇ ਕਿਸਾਨ ਚੁੱਕ ਕਰਕੇ ਦੇਖਦੇ ਰਹਿਣਗੇ ਇਵਨ ਸਰਕਾਰਾਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਇਹ ਲਾਜ਼ ਲਾਣ ਤੋਂ ਬਾਅਦ ਇੰਨੀ ਵੱਡੀ ਲਹਿਰ ਉੱਠੇਗੀ ਕਿਉਂਕਿ ਤੁਸੀਂ ਇਹ ਦੇਖੋ ਕਿ ਇਹ ਲਾਈਕ ਮਤਲਬ ਹੁਣ ਅ ਇੰਟਰਨੈਸ਼ਨਲ ਲੈਵਲ ਤੇ ਵੀ ਚਲੀ ਗਈ ਹੈ ਹੁਣ ਇਹ ਇੱਕ ਮਾਸ ਮੂਵਮੈਂਟ ਬਣ ਗਈ ਹੈ